ਤੁਸੀਂ ਕੋਈ ਨਵੀਂ ਚੀਜ਼ ਸਿੱਖਣੀ ਸ਼ੁਰੂ ਕਰਦੇ ਹੋ ਤਾਂ 6 ਮਹੀਨਿਆਂ ਦੇ ਅੰਦਰ ਤੁਸੀਂ ਕਿੰਨਾ ਕੁ ਸਿੱਖ ਸਕਦੇ ਹੋ? ਵੈਸੇ ਤਾਂ 6 ਮਹੀਨਿਆਂ ਦਾ ਸਮਾਂ ਬੜਾ ਘੱਟ ਹੁੰਦਾ ਹੈ, ਪਰ ਸੰਗਰੂਰ ਦੇ ਇੱਕ 12 ਸਾਲਾ ਲੜਕੇ ਨੇ ਬਸ 6 ਮਹੀਨੇ ਰੋਲਰ ਸਕੇਟਿੰਗ ਸਿੱਖ ਕੇ ਜ਼ਿਲ੍ਹਾ ਤੇ ਸਟੇਟ ਹੀ ਨਹੀਂ ਬਲਕਿ ਨੈਸ਼ਨਲ ਲੈਵਲ ਤੇ ਵੀ ਮੈਡਲ ਜਿੱਤ ਦਿਖਾਇਆ ਹੈ। ਸੰਗਰੂਰ ਦਾ ਪ੍ਰਣਵ ਮੰਡੋਰਾ, ਜਿਸ ਦੇ ਪੈਰ ਜ਼ਮੀਨ ਤੇ ਘੱਟ ਬਲਕਿ ਰੋਲਰ ਸਕੇਟਸ ਤੇ ਜ਼ਿਆਦਾ ਰਹਿੰਦੇ ਹਨ, ਆਪਣੇ ਹੁਨਰ ਤੇ ਮਿਹਨਤ ਨਾਲ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂ ਰਿਹਾ ਹੈ। ਜਦੋਂ ਅੱਜ ਤੋਂ 3 ਸਾਲ ਪਹਿਲਾਂ ਇਹਨੇ 5th 'ਚ ਸੀ ਤਾਂ ਸਾਨੂੰ ਇਹਨੇ ਸਕੇਟਿੰਗ ਬਾਰੇ ਜਾਣ ਦੇ ਵਿੱਚ ਕਿਹਾ, ਤਾਂ ਅਸੀਂ ਨਵਦੀਪ ਸਰ ਜਿਹੜੇ ਦੇ ਕੋਚ ਨੇ ਪ੍ਰੈਜ਼ੈਂਟ ਲਈ ਉਹਨਾਂ ਨੂੰ ਮਿਲੇ ਅਤੇ ਉਹਨਾਂ ਨੇ ਖੁਦ ਹੀ ਆਪਣੀ ਅੰਡਰ ਸੁਪਰਵੀਜ਼ਨ 'ਚ ਇਹਨੂੰ ਇੰਨੀ ਹਾਰਡ ਪ੍ਰੈਕਟਿਸ ਕਰਾਈ ਕਿ ਅੱਜ ਇੱਥੇ ਤੱਕ ਪਹੁੰਚਿਆ। ਸਾਰੇ ਸਕੂਲ ਦੇ ਸਟਾਫ, ਟੀਚਰਸ, ਮਤਲਬ ਸਟੱਡੀ ਜਿਹੜੇ ਅਕੈਡਮਿਕ ਦੇ ਟੀਚਰਸ ਨੇ ਉਹ ਇਹਨੂੰ ਮਤਲਬ ਸਕੂਲ ਦੇ ਵਿੱਚ ਕਹਿੰਦੇ ਸੀਗੇ ਬਹੁਤ ਨੋਟੀ ਹੈ, ਇਹ ਜ਼ਿਆਦਾ ਗੇਮ ਵੱਲ ਹੈ, ਤਾਂ ਇਹ ਮੈਂ ਇਹਨੂੰ ਪਿੱਕ ਕੀਤਾ। ਮੈਂ ਇਹਦੀ ਜਿਹੜੀ ਸ਼ਾਰਟਾਂ ਵਾਲਾ ਜਿਹੜਾ ਉਹ ਸੀਗਾ ਮੈਂ ਉਹਨੂੰ ਕਨਵਰਟ ਕੀਤਾ ਗੇਮ ਦੇ ਵਿੱਚ। ਪ੍ਰਣਵ ਰੋਲਰ ਸਕੇਟਿੰਗ ਵਿੱਚ ਪੰਜਾਬ ਟੀਮ ਦਾ ਕੈਪਟਨ ਹੈ ਅਤੇ ਸਬ ਜੂਨੀਅਰ ਨੈਸ਼ਨਲ ਵਿੱਚ ਵੀ 2 ਵਾਰ ਟੀਮ ਨੂੰ ਮੈਡਲ ਜਿਤਵਾ ਚੁੱਕਿਆ ਹੈ। ਇਹਦੀ ਪਰਫਾਰਮੈਂਸ ਤੋਂ ਮੈਂ ਇੰਨਾ ਕੁ ਪ੍ਰਭਾਵਿਤ ਹਾਂ ਵੀ ਇਹ ਬੱਚਾ ਮੇਰਾ 6 ਮਹੀਨੇ ਦੇ ਵਿੱਚ ਹੀ ਸਕੇਟਿੰਗ ਸਿੱਖ ਕੇ ਔਰ ਫਸਟ ਟਾਈਮ ਹੀ ਸਟੇਟ ਜਾ ਕੇ ਆਇਆ ਔਰ ਫਸਟ ਟਾਈਮ ਹੀ ਨੈਸ਼ਨਲ ਜਾ ਕੇ ਆਇਆ। ਇਹ ਆਲ ਇੰਡੀਆ ਦੇ ਵਿੱਚ 2 ਵਾਰ ਮੈਡਲ ਵਿਨਰ ਹੈ ਔਰ 2 ਵਾਰ ਪੰਜਾਬ ਦੀ ਟੀਮ ਨੂੰ ਰੀਪ੍ਰਜੈਂਟ ਕਰ ਚੁੱਕਿਆ ਐਜ਼ ਏ ਕੈਪਟਨ ਅਤੇ ਹਾਈਐਸਟ ਸਕੋਰਰ ਹੈ ਪੰਜਾਬ ਦਾ। ਲਾਸਟ ਈਅਰ ਸਟੇਟ ਚੈਂਪੀਅਨਸ਼ਿਪ ਹੋਈ ਸੀ ਨਾਲਾ ਵਿਖੇ। ਇਹ ਬਹੁਤ ਸ਼ਰਾਰਤਾਂ ਵੀ ਕਰਦਾ ਕਈ ਵਾਰ, ਇਹ ਕਈ ਵਾਰ ਸਾਨੂੰ ਤੰਗ ਵੀ ਬਹੁਤ ਕਰਦਾ, ਪਰ ਇਹ ਗੇਮ ਦੇ ਵਿੱਚ ਬੈਸਟ ਕਰਦਾ ਸਾਨੂੰ। ਪ੍ਰਣਵ ਦਾ ਕਹਿਣਾ ਹੈ ਕਿ ਉਹ ਇੱਥੇ ਹੀ ਨਹੀਂ ਰੁਕਣਾ ਚਾਹੁੰਦਾ ਬਲਕਿ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰ ਕੇ ਆਪਣੇ ਮਾਪਿਆਂ, ਕੋਚ ਅਤੇ ਪੂਰੇ ਸੰਗਰੂਰ ਦਾ ਨਾਂ ਚਮਕਾਉਣਾ ਚਾਹੁੰਦਾ ਹੈ। ਮੈਂ ਹਲੇ ਨੈਸ਼ਨਲ ਲੈਵਲ 'ਤੇ ਖੇਡਿਆ ਹਾਂ, ਮੈਨੂੰ ਇਹ ਲੱਗਦਾ ਹੈ ਕਿ ਮੈਨੂੰ ਹੋਰ ਇੰਪਰੂਵ ਕਰਨ ਦੀ ਲੋੜ ਹੈ ਤਾਂ ਜੋ ਮੈਂ ਇੰਟਰਨੈਸ਼ਨਲ ਲੈਵਲ 'ਤੇ ਖੇਡਣ ਜਾਵਾਂ, ਮੈਂ ਆਪਣੇ ਜ਼ਿਲ੍ਹਾ, ਆਪਣੇ ਕੋਚ ਅਤੇ ਆਪਣੇ ਫੈਮਿਲੀ ਦਾ ਨਾਮ ਰੋਸ਼ਨ ਕਰਾਂ। ਸਾਨੂੰ ਇਸ 'ਤੇ ਕੋਚ ਸਾਹਿਬ 'ਤੇ ਬਹੁਤ ਮਾਣ ਹੈ ਜਿਨ੍ਹਾਂ ਨੇ ਇਹਨੂੰ ਇੰਨੀ ਬੁਲੰਦੀਆਂ ਤੱਕ ਪਹੁੰਚਾਇਆ। ਸ਼੍ਰੀ ਵਿਜੇਂਦਰ ਸਿੰਗਲਾ ਜੀ, ਜੋ ਸਾਡੇ ਮਾਨਯੋਗ ਕੈਬਨਿਟ ਮਿਨਿਸਟਰ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੰਨੀ ਨਿੱਕੀ ਜਿਹੀ ਉਮਰ ਵਿੱਚ ਵੀ ਅੰਬਰਾਂ ਨੂੰ ਛੂਹਦੇ ਇਰਾਦੇ ਰੱਖਣ ਵਾਲੇ ਸੰਗਰੂਰ ਦੇ ਇਸ ਹੋਣਹਾਰ ਖਿਡਾਰੀ ਨੂੰ ਉਸਦੇ ਉੱਜਲ ਭਵਿੱਖ ਲਈ ਸਾਡੀਆਂ ਸ਼ੁਭਕਾਮਨਾਵਾਂ।